ਠੀਕ ਹੈ ਜੀ। ਡਬਲ ਕਲੱਚ ਆ, ਪਾਵਰ ਸਟੀਅਰਿੰਗ ਆ, ਇਹਦਾ ਰੇਟ ਹੈਗਾ 4,95,000 ਰੁਪਏ। 4,95,000, 4,95,000 ਰੁਪਏ ਰੇਟ ਆ। 4 ਲੱਖ ਦਾ ਉੱਤੇ ਲੋਨ ਕਰਵਾ ਦੇਣਗੇ। 4 ਲੱਖ ਦਾ ਲੋਨ ਹੋ ਜੂ, ਹਾਂ ਕਿਸੇ ਪੁਰਾਣੇ ਕਰਵਾਉਣਾ ਹੋਵੇ ਤਾਂ 4 ਲੱਖ ਦਾ ਲੋਨ ਇਹਦੇ ਸੌਖੇ ਜਿਹੇ ਤਰੀਕੇ ਨਾਲ ਹੀ ਕਰਵਾ ਕੇ ਦੇ ਦਿਆਂਗੇ। ਠੀਕ ਹੈ, ਮਤਲਬ ਵੀ ਆਪਣੇ ਕੋਲੇ 80-85-70-80 ਹਜ਼ਾਰ ਰੁਪਏ ਬੰਦਾ ਲੈ ਕੇ ਅਜੇ ਤਾਂ ਇਹੋ ਜਿਹਾ ਟੈਟਰ ਆਪਾਂ ਦੇ ਦਿੰਦੇ ਹਾਂ, ਬਣ ਜੂਗਾ। ਹਾਂ ਬਣ ਜੂਗਾ। ਸਿਰਫ ਆਹ ਟੈਟਰ ਦੇ ਹੋਰ ਨਵੀਂ ਸਕੀਮ ਲੈ ਕੇ ਆਏ ਹਾਂ ਅਸੀਂ, ਸਿਰਫ ਇਹ ਟੈਟਰ। ਕਿਹੜੇ ਭਰਾ ਵੀਡੀਓ ਦੇਖ ਲਿਆ ਗੌਰ ਨਾਲ ਦੇਖ ਲਿਆ ਕਰਨ, ਹੋਰ ਟੈਟਰ ਦੇ ਵਾਸਤੇ ਫੋਨ ਕਰੀ ਜਾਂਦੇ ਨੇ ਤੇ ਵੀ 50,000। ਆਹ ਟੈਟਰ ਆਪਾਂ ਸਿਰਫ ਤੁਹਾਨੂੰ 50,000 ਰੁਪਇਆ ਭਰਾ ਕੇ ਦੇਵਾਂਗੇ। ਕਿਹੜੇ ਭਰਾ ਨੇ ਲੈਣਾ ਹੋਵੇ ਤਾਂ 50,000 ਰੁਪਇਆ ਭਰਾ ਕੇ ਬਾਕੀ ਸਾਰਾ ਟ੍ਰੈਕਟਰ ਦੇ ਲੋਨ ਕਰਵਾ ਦੇਂਗੇ। ਤੇ ਕਿੱਥੇ ਬਿੱਟੂ ਯਾਰ, ਆਪਾਂ ਨਹੀਂ ਬਿਨਾ ਚੈਨਲ ਤੇ ਫੇਸਬੁੱਕ ਪੇਜ ਤੇ ਅੱਜ ਆਪਾਂ ਖੜੇ ਹਾਂ ਵਡੈਚ ਟ੍ਰੈਕਟਰਸ ਕੋਲੇ ਤੇ ਬਾਈ ਨਾਲ ਕਰਦੇ ਹਾਂ ਗੱਲਬਾਤ। ਸਾਰੇ ਰਾਈਡਰਾਂ ਦੀ ਦਿਖਾਉਣੇ ਆ, ਸਾਰੇ ਦੱਸਦੇ ਆ ਕੀ ਰੇਟ ਚੱਲੀ ਜਾਂਦੇ ਆ ਤੇ ਹੋਰ ਕੀ ਹਾਲ ਹੈ ਬਾਈ ਜੀ। ਬਹੁਤ ਵਧੀਆ, ਬਹੁਤ ਵਧੀਆ। ਤੇ ਆਪਣਾ ਪਹਿਲਾਂ ਨਾਮ ਤੇ ਇੱਕ ਨੰਬਰ ਦੱਸੋ ਜੀ। ਵਡੈਚ ਟ੍ਰੈਕਟਰ ਜੀ ਆਪਣੀ ਫਰਮ ਦਾ ਨਾਮ ਆ, ਪਿੰਡ ਭਾਈ ਬਸੌਰ ਆ, ਮੇਰਾ ਨਾਮ ਕੁਲਵਿੰਦਰ ਸਿੰਘ ਆ। ਅੱਛਾ ਜੀ, ਲੱਗਿਆ ਮੇਰੇ ਨੰਬਰ ਦਿੱਤੇ ਹੋਏ ਇਧਰ ਮਾਰਦੇ ਕੈਮਰਾ। ਠੀਕ ਹੈ ਜੀ, ਆਹ ਨੰਬਰ ਆ ਗਿਆ ਬਾਈ ਦੇ ਥਲੜੇ ਬੰਨੇ, 80-547-00-900। ਠੀਕ ਹੈ ਜੀ, ਬਾਕੀ ਨੰਬਰ ਤੁਸੀਂ ਨੋਟ ਕਰ ਲਿਆ ਵੀਡੀਓ ਨੂੰ ਰੋਕ ਕੇ ਤੇ ਬਾਕੀ ਦਿਖਾਉਣੇ ਟ੍ਰੈਕਟਰ। ਆਜੋ ਬਾਈ ਜੀ, ਕੀ ਚੱਲੀ ਜਾਂਦੇ ਨੇ ਰੇਟ ਰੂਟ, ਕਿਹੜੇ ਟ੍ਰੈਕਟਰ ਖੜੇ ਜੀ ਆਪਣੇ ਕੋਲ, ਕਿੰਨੇ ਕਾਏ ਨੇ? ਇੱਥੇ 10-12 ਟ੍ਰੈਕਟਰ ਆਏ ਆਪਣੇ ਘਰਾਂ। ਅੱਛਾ ਜੀ, ਹੈਗੇ 7-5 ਟ੍ਰੈਕਟਰ ਸਾਰੇ। ਅੱਛਾ ਜੀ, ਤੇ ਬਾਕੀ ਕਿਸੇ ਟਾਈਮ ਵੀ ਆ ਸਕਦੇ ਆਪਣੇ ਕੋਲੇ ਫੋਨ ਕਰਕੇ? ਕਈ ਵਾਰ ਫਰਮ ਤੇ ਨਹੀਂ ਵੀ ਹੁੰਦੇ ਗੇ, ਬਾਹਰ ਸੌਦੇ ਸੁਦੇ ਲੈਣ ਗਏ ਉਹਨੇ, ਫੋਨ ਕਰਕੇ ਹੁਣ ਕੋਈ ਵੀ ਭਰਾ ਆਵੇ, ਫੋਨ ਕਰੇ ਬਿਨਾ ਨਾ ਆਵੇ, ਕਈ ਵਾਰ ਗੱਲ ਕਰਕੇ ਆਵੇ। ਹਾਂ, ਗੱਲ ਕਰਕੇ ਆਵੇ ਕੋਈ ਭਰਾ ਆਵੇ ਤਾਂ। ਹਾਂਜੀ, ਆਪਾਂ ਇਹ ਤਾਂ ਸਵਰਾਜ ਤੋਂ ਸਟਾਰਟ ਕਰ ਲੈਂਦੇ ਹਾਂ। ਸਵਰਾਜ ਦਾ ਰੇਟ ਹੈਗਾ 7,65,000 ਰੁਪਇਆ। ਹਾਂਜੀ, 7,65,000 ਰੁਪਇਆ ਰੇਟ ਆ। 2020 ਮਾਡਲ ਆ ਟ੍ਰੈਕਟਰ, 3 ਸਪੀਡ ਵਾਲਾ। 3 ਸਪੀਡ ਹੈ, 3 ਸਪੀਡ ਆ ਟ੍ਰੈਕਟਰ ਇਹ। ਕਿਸੇ ਭਰਾ ਨੇ ਲੈਣਾ ਹੋਵੇ ਤਾਂ ਲੋਨ ਕਰਵਾ ਕੇ, ਲੋਨ ਵਾਲੀ ਸਕੀਮ ਵੀ ਆਪਣੇ ਕੋਲ ਚੱਲਦੀ ਰਹਿੰਦੀ ਹੈ, ਲੋਨ ਕਰਵਾ ਕੇ ਦੇ ਸਕਦੇ। ਤੇ ਪੰਜਾਬ ਨੰਬਰ ਹੈ ਜੀ ਆਪਣੇ ਕੋਲੇ ਸਾਰੇ ਟ੍ਰੈਕਟਰ, ਆਲ ਓਵਰ ਪੰਜਾਬ ਨੰਬਰ। ਠੀਕ ਹੈ ਜੀ, ਪੰਜਾਬ ਨੰਬਰ। ਸਟਾਕ ਆਪਣੇ ਕੋਲੇ ਵੀ ਹਰਿਆਣਾ ਨੰਬਰ ਦਾ ਵੀ ਹੁੰਦਾ ਹੈ, ਹਰਿਆਣਾ ਵਾਲੇ ਭਰਾਵਾਂ ਨੇ ਲੈਣੇ ਹੋਣ ਤਾਂ। ਹਾਂਜੀ, ਹਾਂ, ਤੇ ਪੰਜਾਬ ਨੰਬਰ ਦਾ ਸਟਾਕ ਵੀ ਹੈਗਾ ਹੈ, ਮਤਲਬ ਵੀ ਆਪਣੇ ਕੋਲੇ 20-20 ਟ੍ਰੈਕਟਰ ਹਰਿਆਣਾ ਨੰਬਰ ਵੀ ਹੁੰਦੇ ਆ। ਠੀਕ ਹੈ ਜੀ, ਤੇ ਅਗਲੇ ਬੰਨੇ ਸਵਰਾਜ 855 4-star ਰਿਵਰਸ PTO, ਇਹ ਕਿੰਨਾ ਮਾਡਲ ਹੈ ਜੀ? 14 ਮਾਡਲ ਆ, 4,85,000 ਰੁਪਏ ਰੇਟ। 4,85,000, ਡਿਸਕਾਊਂਟ ਵਗੈਰਾ ਉਹ ਮੌਕੇ ਤੇ ਡਿਸਕਾਊਂਟ ਹੋਊਗਾ? ਕਿਸੇ ਭਰਾ ਨੇ ਡਿਸਕਾਊਂਟ ਲੈਣਾ ਹੋਵੇ ਤਾਂ ਲੋਨ ਸੰਬੰਧੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ? ਹਾਂਜੀ, ਅੱਗੇ 2015 ਮਾਡਲ ਆ ਗਿਆ, ਇਹਦਾ ਰੇਟ ਹੈਗਾ 5,65,000 ਰੁਪਏ। ਅੱਛਾ ਜੀ, 5,65,000 ਰੁਪਏ ਰੇਟ ਆ ਇਹ। ਇਹ ਕਿੰਨਾ ਕੁ ਚੱਲਿਆ ਹੋਏਗਾ ਟ੍ਰੈਕਟਰ ਦੀ ਜੇ ਗੱਲ ਕਰੀਏ? ਜਮਾਂ ਨਵਾਂ 1500 ਘੰਟਾ ਚੱਲਿਆ, 1500 ਸਾਰਾ ਹੀ 1500 ਘੰਟਾ ਚੱਲਿਆ ਜੀ। ਤੇ ਜੇ 2015 ਮਾਡਲ ਆ ਟ੍ਰੈਕਟਰ ਇਹ। ਅੱਛਾ ਜੀ, ਪੰਜਾਬ ਨੰਬਰ ਆ। ਠੀਕ ਹੈ, ਪੰਜਾਬ ਨੰਬਰ ਹੈ ਜੀ, ਦੇਖ ਸਕਦੇ ਕੰਡੀਸ਼ਨ ਬਿਲਕੁਲ ਸਾਫ ਹੈ। ਤੇ ਵੀਡੀਓ ਨੂੰ ਸ਼ੇਅਰ ਕਰਿਆ ਜੇ ਸਰ, ਨਹੀਂ ਮੌਕੇ ਤੇ ਡਿਸਕਾਊਂਟ ਹੋ ਜਾਂਦਾ ਹੈਗਾ, ਮੌਕੇ ਤੇ ਕਿਹੜੇ ਸਕੀਮ ਦਾ ਵੀ ਲਾਹਾ ਲੈ ਸਕਦੇ। ਕਿਵੇਂ ਆਪਾਂ ਹਰੇਕ ਵੀਡੀਓ ਦੱਸਦੀ ਹਾਂ, ਕਿਹੜੇ 100 ਕਿਲੋਮੀਟਰ ਵਾਲੇ ਉੱਪਰ ਭਰਾ ਨੂੰ ਟੈਂਕੀ ਫੁੱਲ ਕਰਵਾ ਕੇ ਦਿੰਦੇ ਆ। ਇਹ ਸਕੀਮ ਵਡੈਚ ਟ੍ਰੈਕਟਰ ਜੋ ਵੱਲੋਂ ਇੱਕ ਹਫਤਾ ਪਹਿਲੇ ਲਈ ਆਪਾਂ ਲਾਂਚ ਕਰੀ ਹੈ, ਵੀ 100 ਕਿਲੋਮੀਟਰ ਵਾਲਿਆਂ ਤੋਂ ਆਪਾਂ ਟੈਂਕੀ ਫੁੱਲ ਕਰਵਾ ਕੇ ਦਿੰਦੇ ਆ ਤੇ ਬਾਕੀ ਮੌਕੇ ਤੇ ਡਿਸਕਾਊਂਟ ਵੀ ਕਰਕੇ ਦੇ ਦਿੰਦੇ। ਠੀਕ ਹੈ ਜੀ, ਅੱਗੇ ਆ ਗਿਆ 2018 ਮਾਡਲ ਟ੍ਰੈਕਟਰ, ਇਹਦਾ ਰੇਟ 5,15,000 ਰੁਪਇਆ। 5,15,000 ਰੁਪਇਆ 2018 ਮਾਡਲ ਆ, ਬਿਲਕੁਲ ਸਾਫ ਸੁਥਰਾ ਟ੍ਰੈਕਟਰ ਆ। ਇਹਦੇ ਉੱਤੇ ਵੀ 4,00,000 ਦਾ ਲੋਨ ਕਰਵਾ ਕੇ ਦੇ ਦਾਂਗੇ, ਬਾਕੀ ਲੈਸ ਵੀ ਕਰ ਦਾਂਗੇ। ਠੀਕ ਹੈ, ਆ ਗਿਆ 2017 ਮਾਡਲ ਟ੍ਰੈਕਟਰ, 50-50D ਆ, ਇਹਦਾ ਰੇਟ ਹੈਗਾ 5,20,000 ਰੁਪਇਆ। 4,90,000 ਦਾ ਇਹ ਟ੍ਰੈਕਟਰ ਵੀ ਦੇ ਦਾਂਗੇ। 50-10 ਆਪਣੇ ਕੋਲ ਕਾਫੀ ਹੁੰਦੇ ਆ, ਹੁਣ ਵੀ ਆਪਣੇ ਕੋਲ ਇਹੋ ਜਿਹੇ 10 ਟ੍ਰੈਕਟਰ ਹੈਗੇ ਆ ਹੋਰ। ਠੀਕ ਹੈ, ਇਹ ਤੋਂ ਬਿਨਾ 10 ਟ੍ਰੈਕਟਰ ਆਪਣੇ ਕੋਲ, 50-10 ਹੈਗੇ ਆ, 20 ਮਾਡਲ ਆ, ਕੋਈ 21 ਮਾਡਲ ਆ, ਇਹੋ ਜਿਹੇ ਆਪਣੇ ਕੋਲ, ਮਤਲਬ 24 ਘੰਟੇ 5-7-10 ਟ੍ਰੈਕਟਰ, 50-10 ਖੜੇ ਮਿਲਣਗੇ। ਹਾਂ, ਵਡੈਚ ਟ੍ਰੈਕਟਰ ਤੇ ਮਿਲਣਗੇ ਟ੍ਰੈਕਟਰ ਇਹ, ਕਦੋਂ ਵੀ ਕਿਸੇ ਭਰਾ ਨੇ ਲੈਣਾ ਹੋਵੇ ਤਾਂ। ਕਾਫੀ ਟ੍ਰੈਕਟਰ ਤਾਂ ਇਹੋ ਜਿਹੇ ਵੀ ਕਿਹੜੇ ਆਪਾਂ ਡਾਇਰੈਕਟ ਬਿੱਲਾਂ ਤੇ ਵੀ ਦੇ ਦਾਂਗੇ ਟ੍ਰੈਕਟਰ। ਠੀਕ ਹੈ, ਬਿੱਲ ਤੇ ਵੀ ਮਿਲ ਜੂ, ਬਿੱਲ ਤੇ ਵੀ ਮਿਲ ਜੂਗਾ। 2023 ਮਾਡਲ ਟ੍ਰੈਕਟਰ ਆ, ਕਿਵੇਂ 24 ਚੱਲ ਗਿਆ, 24 ਵਾਲਾ ਵੀ ਮਿਲ ਜੂਗਾ ਕਿਸੇ ਨੇ ਲੈਣਾ ਹੋਵੇ। ਠੀਕ ਹੈ ਜੀ, ਇਹਦੇ ਟਾਇਰਾਂ ਟੂਰਾਂ ਦੀ ਗੱਲ ਕਰੀ ਜਾਵੇ ਸਰ?
ਇਹਦੇ ਟੈਟੂ ਨਾਲ ਦੀ ਇਹਦਾ ਸਿਰਫ 1000 ਘੰਟੇ ਚੱਲੇ 1000 ਘੰਟੇ ਦੇ ਆਸ-ਪਾਸ ਠੀਕ ਹੈ ਨਾਲ ਦੇ ਟੈਟੂ ਦਾ ਬਹੁਤ ਸਾਫ ਸੁਥਰਾ ਟਰੈਕਟਰ ਹੈ ਇਹ ਠੀਕ ਹੈ ਤੇ ਨਵੇਂ ਟਰੈਕਟਰਾਂ ਨੂੰ ਤਾਂ ਹੁੰਦਾ ਹੀ ਕੁਝ ਨਹੀਂ ਤੇ ਰੇਟ ਕਿੰਨਾ ਹੋ ਗਿਆ ਇਹਦਾ 7,40,000 ਰੁਪਏ ਰੇਟ ਆ ਡਿਸਕਾਊਂਟ ਮੌਕੇ ਦੀ ਕਰਾਂਗੇ ਮੌਕੇ ਤੇ ਹੋ ਜਾ ਹਾਂ ਮੌਕੇ ਤੇ ਹੋਊਗਾ ਠੀਕ ਹੈ ਅੱਗੇ ਹੈਗਾ 475 ਇਹ ਹੈਗਾ 2021 ਮਾਡਲ ਠੀਕ ਹੈ ਡਬਲ ਕਲੱਚ ਆ ਪਾਵਰ ਸਟੀਅਰਿੰਗ ਆ ਇਹਦਾ ਰੇਟ ਹੈਗਾ 4,95,000 ਰੁਪਏ 4,95,000 4,95,000 ਰੁਪਏ ਰੇਟ ਆ 4,00,000 ਦੇ ਉੱਤੇ ਲੋਨ ਕਰਵਾ ਦਾਂਗੇ 4,00,000 ਦਾ ਲੋਨ ਹੋ ਜੂ ਹਾਂ ਕਿਸੇ ਪੁਰਾਣੀ ਕਰਵਾਉਣਾ ਹੋਵੇ ਤਾਂ 4,00,000 ਦਾ ਲੋਨ ਇਹਦੇ ਸੌਖੇ ਜਿਹੇ ਤਰੀਕੇ ਨਾਲ ਹੀ ਕਰਵਾ ਕੇ ਦੇ ਦਿਆਂਗੇ ਠੀਕ ਹੈ ਮਤਲਬ ਵੀ ਆਪਣੇ ਕੋਲੇ 80-85-70-80,000 ਰੁਪਏ ਬੰਦਾ ਲੈ ਕੇ ਆਜੇ ਤਾਂ 1000 ਟ੍ਰੈਕਟਰ ਆਪਾਂ ਦੇ ਦਿੰਦੇ ਆ ਬਣ ਜੂਗਾ ਹਾਂ ਬਣ ਜੂਗਾ ਸਿਰਫ ਆਹ ਟ੍ਰੈਕਟਰ ਦੇ ਹੋਰ ਨਵੀਂ ਸਕੀਮ ਲੈ ਕੇ ਆਏ ਆ ਅਸੀਂ ਸਿਰਫ ਇਹ ਟ੍ਰੈਕਟਰ ਕਿਹੜੇ ਭਰਾ ਵੀਡੀਓ ਦੇਖ ਲਿਆ ਗੌਰ ਨਾਲ ਦੇਖ ਲਿਆ ਕਰਨ ਹੋਰ ਟ੍ਰੈਕਟਰ ਦੇ ਵਾਸਤੇ ਫੋਨ ਕਰੀ ਜਾਂਦੇ ਨੇ ਤੇ ਵੀ 50,000 ਆਹ ਟ੍ਰੈਕਟਰ ਆਪਾਂ ਸਿਰਫ ਤੁਹਾਨੂੰ 50,000 ਰੁਪਇਆ ਭਰਾ ਕੇ ਦੇਵਾਂਗੇ ਕਿਹੜੇ ਭਰਾ ਨੇ ਲੈਣਾ ਹੋਵੇ ਤਾਂ 50,000 ਰੁਪਇਆ ਭਰਾ ਕੇ ਬਾਕੀ ਸਾਰਾ ਦੇ ਉੱਤੇ ਟ੍ਰੈਕਟਰ ਦੇ ਲੋਨ ਕਰਵਾ ਦੇਵਾਂਗੇ ਤੇ ਟੈਂਕੀ ਫੁੱਲ ਕਰਕੇ ਦੇਵਾਂਗੇ ਟੈਂਕੀ ਫੁੱਲ ਵਾਲੀ ਟੈਂਕੀ ਤੇਲ ਦੀ ਫੁੱਲ ਕਰਕੇ ਦੇਣਗੇ ਬਾਈ ਜੀ ਇੱਕ ਵਾਰੀ ਗੌਰ ਨਾਲ ਸੁਣ ਲਓ ਕਿਹੜੇ ਭਰਾ ਸੁਣ ਰਹੇ ਵੀ 100 ਕਿਲੋਮੀਟਰ ਤੋਂ ਦੂਰ ਵਾਲੇ ਭਰਾ ਨੂੰ ਇਹ ਸਕੀਮ ਬ੍ਰਾਂਚ ਟ੍ਰੈਕਟਰ ਵੱਲੋਂ ਸਟਾਰਟ ਕਰੀ ਹੈ ਕਿਹੜਾ 100 ਕਿਲੋਮੀਟਰ ਤੋਂ ਦੂਰ ਆਊ ਸਾਡੇ ਫਾਰਮ ਤੋਂ ਕਿਉਂਕਿ ਗੂਗਲ ਨਾਲ ਮੈਪ ਰਾਹੀਂ ਕਿਤੇ ਵੀ ਚੈੱਕ ਕਰ ਸਕਦੇ ਆਪਾਂ ਵਿੱਚ ਭਰਾ ਲਾਲਚ ਕਰ ਲੱਗ ਜਾਂਦੇ 20 ਕਿਲੋਮੀਟਰ ਵਾਲੀ ਵੀ ਸਾਨੂੰ ਵੀ ਫੁੱਲ ਕਰਵਾ ਕੇ ਦੇ ਦੇ ਉਹਨਾਂ ਭਰਾਵਾਂ ਵਾਸਤੇ ਸਕੀਮ ਨਹੀਂ ਹੈਗੀ ਜਿਹੜੇ ਦੂਰੋਂ ਆਉਂਦੇ ਆ ਭਰਾ ਕਿਉਂਕਿ ਆਲ ਇੰਡੀਆ 'ਚ ਆਪਾਂ ਟ੍ਰੈਕਟਰ ਵੇਚ ਰਹੇ ਹਾਂ ਉਹਨਾਂ ਨੂੰ ਟੈਂਕੀ ਫੁੱਲ ਕਰਵਾ ਕੇ ਦਿੰਦੇ ਆ ਇਹ ਬਣਾਏ ਟੈਕਟਰ ਵਾਲੇ ਬੰਨੇ ਨਵੀਂ ਸਕੀਮ ਕੱਢੀ ਗਈ ਹੈ ਇਹ ਕੋਈ ਭਰਾ ਨਹੀਂ ਸਪੋਰਟ ਕਰਕੇ ਦਿੰਦਾ ਹੈਗਾ ਇਹ ਕਿੰਨੇ ਮਾਡਲ ਆ ਗਿਆ ਸਰ ਇਹ 2022 ਮਾਡਲ ਟ੍ਰੈਕਟਰ ਆ ਠੀਕ ਹੈ ਜੀ ਬਿਲਕੁਲ ਨਵਾਂ ਟ੍ਰੈਕਟਰ ਆ ਵੀ 200-300 ਘੰਟਾ ਚੱਲਿਆ ਹੋਇਆਗਾ ਠੀਕ ਹੈ ਇਹ ਟ੍ਰੈਕਟਰ ਆਪਾਂ ਦੇ ਦਾਂਗੇ 4,40,000 ਦਾ 4,40,000 ਦਾ ਠੀਕ ਹੈ ਆ 50,000 ਰੁਪਿਆ ਲੈ ਕੇ ਆ ਜਾਣ ਤੇ ਇਹ ਟ੍ਰੈਕਟਰ ਆਪਾਂ ਤੋਂ ਲਿਆ ਸਕਦੇ ਹੋ ਠੀਕ ਹੈ ਬਾਕੀ ਸੋਨਾਲੀਕਾ ਦੀ ਗੱਲ ਕਰ ਲਾ ਸੋਨਾਲੀਕਾ ਵੀ ਆਪਣੇ ਕੋਲੇ ਹਰ ਟਾਈਮ 10 ਕੁ ਟ੍ਰੈਕਟਰ ਖੜੇ ਹੁੰਦੇ ਸੋਨਾਲੀਕਾ ਠੀਕ ਹੈ ਜੀ ਸੋਨਾਲੀਕਾ ਵੀ ਇਹ ਤੋਂ ਬਿਨਾ ਹੋਰ ਕਾਫੀ ਘੜੇ ਇੱਥੇ ਦੇਖੋ 10-12 ਟ੍ਰੈਕਟਰ ਦਿਖਾਏ ਆ ਇੰਨੇ ਲਿਜਾਣੇ ਕਰਨੇ ਔਖੇ ਆ ਮੰਡੀ ਤੇ ਲਿਆਉਣੇ ਕਰਨੇ ਘਰੇ ਕਾਫੀ ਟ੍ਰੈਕਟਰ ਖੜੇ ਹੁੰਦੇ ਆ ਉੱਥੇ ਆ ਕੇ ਤੁਸੀਂ ਬ੍ਰਾਂਚ ਟ੍ਰੈਕਟਰ ਜਿਹਦੇ ਆ ਕੇ ਕੋਈ ਵੀ ਟ੍ਰੈਕਟਰ ਖਰੀਦਣਾ ਗਾ ਕਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਰਹੇ ਜਾਂ ਵੇਚਣਾ ਗਾ ਉਹ ਵੀ ਉੱਥੇ ਆ ਕੇ ਸੰਪਰਕ ਕਰ ਲਿਓ ਕਿਵੇਂ ਇਹਦੇ ਨਵੇਂ ਟਾਇਰ 4,35,000 ਰੁਪਇਆ ਰੇਟ ਹੈ ਇਹਦਾ ਬਾਕੀ ਮੌਕੇ ਦੇ ਡਿਸਕਾਊਂਟ ਹੋ ਜੀ ਇਹਦੇ ਨਾਲ ਦੇ ਵੀ ਆਪਣੇ ਕੋਲ 14 ਮਾਡਲ 15 ਮਾਡਲ ਬਾਵਾ ਟ੍ਰੈਕਟਰ ਖੜੇ ਇਹਦੇ ਨਾਲ ਦੇ ਠੀਕ ਹੈ ਇਹ ਤੋਂ ਬਿਨਾਂ 36-30 37-30 ਵੀ ਆਪਣੇ ਕੋਲ ਕਾਫੀ ਟ੍ਰੈਕਟਰ ਖੜੇ ਆ ਕਿਉਂਕਿ ਇੱਥੇ ਟ੍ਰੈਕਟਰ ਸਾਰੇ ਨਹੀਂ ਲੱਗ ਸਕਦੇ ਗੇ ਇਸ ਕਰਕੇ ਘਰੇ ਬ੍ਰਾਂਚ ਟ੍ਰੈਕਟਰ ਦੇ ਤੁਸੀਂ ਆ ਕੇ ਟ੍ਰੈਕਟਰ ਖਰੀਦ ਸਕਦੇ ਹੋ ਕਾਫੀ ਗਿਣਤੀ 'ਚ ਟ੍ਰੈਕਟਰ ਆਪਣੇ ਕੋਲ ਮਿਲੀ ਜਾਂਦੇ 24 ਘੰਟੇ ਠੀਕ ਹੈ ਸਾਰੇ ਭਰਾਵਾਂ ਦਾ ਵੀਡੀਓ ਦੇਖਣਾ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਉੱਥੇ ਵੀ